ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਤਿੰਨ ਸ਼ਖਸ ਇੱਕ ਬਾਈਕ 'ਤੇ ਆਏ ਜਿਨ੍ਹਾਂ ਨੇ ਲਾਈਨ ਦੇ ਵਿੱਚ ਖੜ੍ਹੇ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ। ਸ਼ਾਇਦ ਇਹਨਾਂ ਨੇ ਇੱਕ ਨੂੰ ਲਾਈ ਸੀ ਜੋ ਕਿ ਹੌਲੀ ਹੌਲੀ ਸਾਰਿਆਂ ਨੂੰ ਲੱਗ ਪਈ। ਮਿੰਟਾਂ ਦੇ ਵਿੱਚ ਹੀ ਮੋਟਰਸਾਈਕਲਾਂ ਦੇ ਵਿੱਚੋਂ ਅੱਗ ਦੇ ਭਾਂਬੜ ਮੱਚਣੇ ਸ਼ੁਰੂ ਹੋਏ ਨੇ ਤਾਂ ਵਾਹਨਾਂ ਨੂੰ ਇਹ ਅੱਗ ਲਗਾ ਕੇ ਤਿੰਨ ਬਦਮਾਸ਼ ਭੱਜ ਗਏ। ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋਈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਇਹ ਘਟਨਾ ਹੈ। ਪੁਰਾਣੇ ਨਾਸਿਕ ਇਲਾਕੇ ਦੇ ਵਿੱਚ ਖੜ੍ਹੇ 7 ਤੋਂ 8 ਬਾਈਕ ਬੁਰੀ ਤਰ੍ਹਾਂ ਨੁਕਸਾਨੇ ਗਏ, ਜਲ ਕੇ ਸਵਾਹ ਹੋ ਗਏ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਮਾਮਲੇ ਦੀ ਭਾਲ ਸ਼ੁਰੂ ਕੀਤੀ ਗਈ। ਸੋ ਸ਼ਖਸ ਆਏ, ਸ਼ਾਇਦ ਇਹਨਾਂ ਨੇ ਇੱਕ ਬਾਈਕ ਨੂੰ ਅੱਗ ਲਗਾਉਣੀ ਹੋਵੇ। ਇੱਕ ਬਾਈਕ ਦੇ ਕੋਲੇ ਵੀ ਆਏ ਤਾਂ ਇੱਕਦਮ ਅੱਗ ਦਾ ਭਾਂਬੜ ਮੱਚਿਆ ਤੇ ਸਾਰੇ ਬਾਈਕ ਸੜ ਕੇ ਸਵਾਹ ਹੋ ਗਏ। ਔਰ ਇਸ ਘਟਨਾ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋਏ ਨੇ। ਔਰ ਇਹਨਾਂ ਦਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਇੱਕ ਬਾਈਕ 'ਤੇ ਕੁਛ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਇਹਨੇ ਨੂੰ ਇੱਕਦਮ ਅੱਗ ਦਾ ਭਾਂਬੜ ਮੱਚਿਆ ਜਿਸ ਨੇ ਸਾਰੇ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਔਰ ਇਹ ਬਦਮਾਸ਼ ਇਸ ਕਾਰਨਾਮੇ ਤੋਂ ਬਾਅਦ ਫਰਾਰ ਹੋਏ ਨੇ ਔਰ ਇਹਨਾਂ ਦੀ ਕਰਤੂਤ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਇਹ ਪੂਰੀ ਘਟਨਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਬਦਮਾਸ਼ਾਂ ਦੀ ਭਾਲ ਹੋ ਸਕੇ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਤਿੰਨ ਸ਼ਖਸ ਇੱਕ ਬਾਈਕ 'ਤੇ ਆਏ ਜਿਨ੍ਹਾਂ ਨੇ ਲਾਈਨ ਦੇ ਵਿੱਚ ਖੜ੍ਹੇ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ। ਸ਼ਾਇਦ ਇਹਨਾਂ ਨੇ ਇੱਕ ਨੂੰ ਲਾਈ ਸੀ ਜੋ ਕਿ ਹੌਲੀ ਹੌਲੀ ਸਾਰਿਆਂ ਨੂੰ ਲੱਗ ਪਈ। ਮਿੰਟਾਂ ਦੇ ਵਿੱਚ ਹੀ ਮੋਟਰਸਾਈਕਲਾਂ ਦੇ ਵਿੱਚੋਂ ਅੱਗ ਦੇ ਭਾਂਬੜ ਮੱਚਣੇ ਸ਼ੁਰੂ ਹੋਏ ਨੇ ਤਾਂ ਵਾਹਨਾਂ ਨੂੰ ਇਹ ਅੱਗ ਲਗਾ ਕੇ ਤਿੰਨ ਬਦਮਾਸ਼ ਭੱਜ ਗਏ। ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋਈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਇਹ ਘਟਨਾ ਹੈ। ਪੁਰਾਣੇ ਨਾਸਿਕ ਇਲਾਕੇ ਦੇ ਵਿੱਚ ਖੜ੍ਹੇ 7 ਤੋਂ 8 ਬਾਈਕ ਬੁਰੀ ਤਰ੍ਹਾਂ ਨੁਕਸਾਨੇ ਗਏ, ਜਲ ਕੇ ਸਵਾਹ ਹੋ ਗਏ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਮਾਮਲੇ ਦੀ ਭਾਲ ਸ਼ੁਰੂ ਕੀਤੀ ਗਈ। ਸੋ ਸ਼ਖਸ ਆਏ, ਸ਼ਾਇਦ ਇਹਨਾਂ ਨੇ ਇੱਕ ਬਾਈਕ ਨੂੰ ਅੱਗ ਲਗਾਉਣੀ ਹੋਵੇ। ਇੱਕ ਬਾਈਕ ਦੇ ਕੋਲੇ ਵੀ ਆਏ ਤਾਂ ਇੱਕਦਮ ਅੱਗ ਦਾ ਭਾਂਬੜ ਮੱਚਿਆ ਤੇ ਸਾਰੇ ਬਾਈਕ ਸੜ ਕੇ ਸਵਾਹ ਹੋ ਗਏ। ਔਰ ਇਸ ਘਟਨਾ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋਏ ਨੇ। ਔਰ ਇਹਨਾਂ ਦਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਇੱਕ ਬਾਈਕ 'ਤੇ ਕੁਛ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਇਹਨੇ ਨੂੰ ਇੱਕਦਮ ਅੱਗ ਦਾ ਭਾਂਬੜ ਮੱਚਿਆ ਜਿਸ ਨੇ ਸਾਰੇ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਔਰ ਇਹ ਬਦਮਾਸ਼ ਇਸ ਕਾਰਨਾਮੇ ਤੋਂ ਬਾਅਦ ਫਰਾਰ ਹੋਏ ਨੇ ਔਰ ਇਹਨਾਂ ਦੀ ਕਰਤੂਤ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਇਹ ਪੂਰੀ ਘਟਨਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਬਦਮਾਸ਼ਾਂ ਦੀ ਭਾਲ ਹੋ ਸਕੇ।